ਗਣਤੰਤਰ ਦਿਵਸ ਦੀ ਤਿਆਰੀ ਨੂੰ ਲੈ ਕੇ ਜਿੱਥੇ ਪੂਰੇ ਹੀ ਦੇਸ਼ ਵਿੱਚ ਸੁਰੱਖਿਆ ਕਰਮੀਆਂ ਵੱਲੋਂ ਥਾਂ ਥਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਰੇਲਵੇ ਪੁਲਿਸ ਦੁਆਰਾ ਕੀਤੀ ਗਈ ਤਲਾਸ਼ੀ ਦੌਰਾਨ ਫਰੀਦਕੋਟ ਦੇ ਕੋਟਕਪੁਰਾ ਜੰਕਸ਼ਨ 'ਤੇ ਰੇਲਵੇ ਪੁਲਿਸ ਦੁਆਰਾ ਪ੍ਰਵਾਸੀ ਤਸਕਰਾਂ ਤੋਂ ਕਰੀਬ 40 ਕਿਲੋ ਗਾਂਜਾ ਬਰਾਮਦ ਹੋਇਆ ਹੈ। ਇਹ ਦੋ ਤਸਕਰ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਦੋਨੋਂ ਹੀ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਇਸ ਨੂੰ ਸਪਲਾਈ ਕਰਦੇ ਹਨ। 26 ਜਨਵਰੀ ਸੰਬੰਧ ਵਿੱਚ ਸਪੈਸ਼ਲ ਚੈਕਿੰਗ ਫਰੀਦਕੋਟ ਕੋਟਕਪੂਰਾ ਜੈਤੋ ਰੇਲਵੇ ਸਟੇਸ਼ਨ ਰੱਖੀ ਗਈ ਸੀਗੀ, ਜਿਹਦੇ 'ਚ ਫਰੀਦਕੋਟ ਦੀ ਥਾਣੇ ਦੀ ਫੋਰਸ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਚੌਂਕੀ ਇੰਚਾਰਜ, ਰੇਲਵੇ ਦੇ ਜਿਹੜੇ ਹੈਗੇ ਆ ਕੋਟਕਪੂਰਾ ਚੌਂਕੀ ਇੰਚਾਰਜ, ਜੈਤੋ ਚੌਂਕੀ ਇੰਚਾਰਜ ਦੇ ਇਹਨਾਂ ਦੇ ਵੱਖ ਵੱਖ ਟੀਮਾਂ ਬਣਾ ਕੇ ਚੈਕਿੰਗ ਕਰਾ ਰਹੇ ਸੀ। ਤਾਂ ਕੋਟਕਪੂਰੇ ਰੇਲਵੇ ਸਟੇਸ਼ਨ 'ਤੇ ਜਦੋਂ ਛਿੰਦਵਾੜਾ ਟ੍ਰੇਨ ਆ ਕੇ ਰੁਕੀ ਹੈ ਤਾਂ ਉੱਥੇ ਦੋ ਜਿਹੜੇ ਹੈਗੇ ਆ ਨੌਜਵਾਨਾਂ ਨੂੰ ਜਿਹੜਾ ਕਾਬੂ ਕੀਤਾ, ਜਿਹਨਾਂ ਕੋਲੋਂ ਇੱਕ ਕੋਲੋਂ 19.5 ਕਿਲੋ, ਇੱਕ ਕੋਲੋਂ 18.5 ਕਿਲੋ ਗਾਂਜਾ ਬਰਾਮਦ ਹੋਇਆ, ਜਿਹੜਾ ਬਿਹਾਰ ਤੋਂ ਲੈ ਕੇ ਆਏ ਸੀ। ਉੱਧਰੋਂ ਇਹ 4,000 ਰੁਪਏ ਕਿਲੋ ਗਾਂਜਾ ਜਿਹੜਾ ਮਿਲਦਾ, ਇੱਧਰ ਆ ਕੇ 8,000 ਰੁਪਏ ਕਿਲੋ ਨਿਕਲ ਜਾਂਦਾ ਇਹ ਗਾਂਜਾ ਕੇ ਵਿਕ ਜਾਂਦਾ ਇਹਨਾਂ ਦਾ। ਤਿੰਨ ਲੱਖ ਦੇ ਕਰੀਬ ਬਣ ਜੂਗੀ ਇੱਧਰ ਆ ਕੇ, ਜੇ ਮਹਿੰਗਾ ਵੇਚ ਕੇ ਤਾਂ ਇੰਨੇ ਦੇ ਕਰੀਬ ਵਿਕ ਜਾਂਦਾ ਇਹਨਾਂ ਦਾ। ਇਹ ਪਹਿਲਾਂ ਨਹੀਂ, ਇਹ ਪਹਿਲੀ ਤਾਫ ਹੀ ਆਇਆ ਐਤਕੀ, ਪਹਿਲਾਂ ਨਹੀਂ ਆਇਆ। ਇਹ ਬਿਹਾਰ ਦੇ ਹੈ ਜੀ, ਭਾਗਲਪੁਰ ਜ਼ਿਲ੍ਹਾ ਹੈ, ਉੱਥੋਂ ਦੇ ਰਹਿਣ ਵਾਲੇ ਆ ਦੋਨੋਂ ਜਾਣੇ। ਇਹ ਵੱਖ ਵੱਖ ਥਾਵਾਂ 'ਤੇ ਇਹਨਾਂ ਨੇ ਹਜੇ ਕੋਟਕਪੂਰਾ ਪਹੁੰਚੇ ਸੀਗੇ ਤਾਂ ਉੱਥੇ ਜਿਹੜੇ ਹੈਗੇ ਆ ਪ੍ਰਵਾਸੀ ਜਾਂ ਜਿਹੜੇ ਪੀਣ ਵਾਲੇ ਹੈਗੇ ਆਮ, ਉਹਨਾਂ ਨਾਲ ਟਾਈ ਅਪ ਕਰਕੇ ਇਹਨਾਂ ਨੇ ਤਾਂ ਉਹਨਾਂ ਨੂੰ ਵੇਚਣਾ ਚਾਹੀਦਾ। ਫਰੀਦਕੋਟ ਤੋਂ ਜਾਗਰਤੀ ਲਹਿਰ ਦੇ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।